ਮੋੜ ਬੰਬ ਕਾਂਡ ਦੀ ਜਾਂਚ ਨੂੰ ਠੰਡੇ ਬਸਤੇ ਵਿੱਚ ਪਾਉਣ ਦੇ ਵਿਰੋਧ ਵਿੱਚ ਇਸ ਕਾਂਡ ਦੀ ਉੱਚ ਪੱਧਰੀ ਜਾਂਚ ਨੂੰ ਮੰਗ ਨੂੰ ਲੈ ਕੇ ਆਪ ਦੇ ਮੋੜ ਹਲਕੇ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਵਿੱਚ ਆਪ ਨੇ ਮੋੜ ਤਹਿਸੀਲ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ ਅਤੇ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੇ ਨਾਲ ਨਾਲ ਮੋੜ ਬੰਬ ਕਾਂਡ ਸੰਘਰਸ਼ ਕਮੇਟੀ ਦੀਆਂ ਮੰਗਾਂ ਮੰਨੇ ਜਾਣ ਦੀ ਮੰਗ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਪ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੱਜ ਬੇਇਨਸਾਫ਼ੀ ਦਾ ਅੱਡਾ ਬਣਿਆ ਹੋਇਆ ਹੈ ਜਿੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ ਅਤੇ ਕਿਸੇ ਨੂੰ ਵੀ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਮੈਨੂੰ ਇਹ ਮੋੜ ਬਾਰੇ ਮੈਂ ਪਹਿਲੀ ਗੱਲ ਤਾਂ ਕਹਿ ਸਕਦਾ ਕਿ ਸਾਡੀ ਹਮਦਰਦੀ ਆ ਉਹਨਾਂ ਦੇ ਨਾਲ। ਮੈਂ ਉਹਨਾਂ ਦੇ ਘਰਾਂ 'ਚ ਵੀ ਗਿਆ ਸੀਗਾ, ਮੈਂ ਜਸਕਰਨ ਦੇ ਵੀ ਘਰ ਗਿਆ ਵਾਂ, ਔਰ ਬੜੇ ਅਫਸੋਸ ਦੀ ਗੱਲ ਆ ਕਿ ਸਾਲ ਤੋਂ ਵੱਧ ਸਮਾਂ ਹੋ ਗਿਆ ਅਤੇ ਮੋੜ ਬਾਰੇ ਹਲੇ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਗਾ। ਕਾਰਨ ਇਹਦੇ ਪਿੱਛੇ ਸਪਸ਼ਟ ਕਾਰਨ ਆ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਨਾ ਕੋਈ ਪੋਲੀਟੀਕਲ ਕੌਨਸਪਿਰੇਸੀ ਆ। ਇਹ ਹੁਣ ਗਵਰਨਮੈਂਟ ਹੀ ਦੱਸ ਸਕਦੀ ਹੈ ਨਾ ਜੀ। ਕਾਂਗਰਸ ਦਾ ਉਮੀਦਵਾਰ ਕਹਿੰਦਾ ਮੈਨੂੰ ਮਾਰਨ ਦੀ ਸਾਜਿਸ਼ ਸੀਗੀ, ਇੱਕ ਪਾਸੇ ਜਿਹੜੀ ਕਾਰ ਆਈ ਆ ਉਹਦਾ ਡੇਰੇ ਦੇ ਨਾਲ ਕਨੈਕਸ਼ਨ ਜੁੜ ਰਿਹਾ ਵਾ। ਸੋ ਚੀਫ ਮਿਨਿਸਟਰ ਮਸਟ ਟੈਲ ਦਾ ਪੀਪਲ ਆਫ ਪੰਜਾਬ ਕਿ ਇਹਦੇ ਪਿੱਛੇ ਕੀ ਸਾਜਿਸ਼ ਸੀਗੀ, ਕੌਣ ਆ। ਔਰ ਪਹਿਲਾਂ ਇਲੈਕਸ਼ਨਾਂ ਵਿੱਚ ਇਸ ਨੂੰ ਪੋਲੀਟੀਕਲ ਮੁੱਦਾ ਬਣਾ ਕੇ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਿਰ ਜੜ ਦਿੱਤਾ। ਮੋੜ ਮੰਡੀ ਤੋਂ ਅਵਿਨਾਸ਼ ਦੀ ਰਿਪੋਰਟ, ਚੈਨਲ 2।